ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ, ਕਿਵੇਂ ਹੋ ਸਾਰੇ? ਠੀਕ ਠਾਕ, ਵਧੀਆ ਚੜ੍ਹਦੀ ਕਲਾ। ਕੱਲ ਦੇ ਕਰੇਲੇ ਲਏ ਪੈਣੇ, ਲਓ ਜੀ ਆਪਾਂ ਕਰੇਲੇ ਬਣਾ ਲਈਏ। ਉਹ ਤਾਂ ਲੇਟ ਹੀ ਗਿਆ, ਘੰਟਾ ਲੱਗ ਜਾਣਾ ਕਰੇਲਿਆਂ 'ਤੇ। ਮਨਵੀਰ ਆ, ਤੈਂ ਕਰੇਲੇ ਦਵਾਏ ਨੇ ਨਾਲ ਲੱਗ ਕੇ ਬਣਵਾਉਣੇ, ਬਣਾ ਦੇ, ਨਹੀਂ ਤਾਂ ਆਲੂਆਂ ਦੀ ਸਬਜ਼ੀ ਪਈ ਆਪਦੀ ਖਾ ਲਓ। ਸਵੇਰੇ ਉਬਲਵੇਂ ਆਲੂ ਬਣਾਏ ਸੀ, ਦੁਪਹਿਰੇ ਗਰਮੀ ਵਾਲੀ ਸੀ, ਜੀ ਨਹੀਂ ਕਰਿਆ। ਇੱਕ ਅਸੀਂ ਬਾਜ਼ਾਰ ਤੋਂ ਚੁੱਕੇ ਗੰਡੇ ਪੁੱਤ, ਕਰੇਲਿਆਂ ਵਾਸਤੇ ਕਾਫੀ ਚਾਹੀਦੇ ਹੁੰਦੇ ਨੇ, ਖੰਡ ਟੋਕਰੀ 'ਚ ਪਾ ਕੇ ਲਿਆ। ਮਸਾਲਾ ਬਣੂਗਾ ਇਹਦਾ, ਵਿੱਚ ਭਰ ਕੇ ਬਣਾਵਾਂਗੇ। ਮਨਵੀਰ ਹਾਏ, ਕਰੇਲੇ ਖਾਣੇ ਨੇ, 100 ਰੁਪਏ ਦੇ ਲਏ ਸੀ ਕਿਲੋ ਕਰੇਲੇ। ਲੈ ਕੇ ਕਰਦੇ ਛਿਲਕਾ, ਛਿਲਕਾ ਲਾ ਲੈ, ਹੋਰ ਬਥੇਰੀਆਂ ਟੋਕਰੀਆਂ ਪਈਆਂ। ਸਬਜ਼ੀ ਬਣਾਉਣੀ ਹੁੰਦੀ ਨਾ, ਤਾਂ ਮਾੜਾ ਜਿਹਾ ਸਨੇਹੀ ਲਵੇ ਲੱਗਣਾ ਚਾਹੀਦਾ ਜੀ, ਘੰਟਾ ਡੇਢ ਘੰਟਾ ਲੱਗ ਜਾਂਦਾ। ਫਿਰ ਆਪਾਂ ਨੇ ਇਸ 'ਚ ਨਾ ਪਾਣੀ ਪਾ ਦੇਣਾ, ਮਿੱਟੀ ਖੁਸ਼ਬੂ ਆਉਣ ਲੱਗ। ਇੰਨੀ ਸੋਹਣੇ ਪਾਣੀ ਉਹ ਢੋਲ ਭਰਦੇ ਹਾਂ ਜੀ, ਕਿਉਂਕਿ ਅੱਜ ਪਹਿਲੇ ਦਿਨ ਲਾਈਟ ਕੱਟੀ ਗਈ, ਹੁਣ ਹਾੜੀਆਂ ਕਰਕੇ ਲਾਈਟ ਕੱਟਿਆ ਕਰਨਗੇ। ਸਵੇਰੇ 10 ਵਜੇ ਤੋਂ ਵੀ ਪਹਿਲੀ ਕੱਟ ਲੈਣਾ ਪਾਣੀ, ਦੀ ਲੋੜ ਢੋਲ ਭਰ ਲੈਂਦੇ ਹਾਂ। ਦੇਖ ਲਾਂ ਜੀ ਘਟਿਆ ਵਧਿਆ, ਟੈਂਕੀ ਭਰ ਲਿਆ ਕਰਾਂਗੇ ਸਵੇਰੇ। ਠੀਕ ਜੋ ਮਨਵੀਰ, ਚਿਰਿਆ ਪੁੱਤ ਆ ਜਾ, ਖਾਲੀ ਕਰਾ ਦੇ, ਇਹਦਾ ਕਰ ਦਿਓ ਪਿਆਜ਼ ਕੱਟ ਦੇ, ਕਰੇਲੇ ਮੈਂ ਕਰਦੀ ਹਾਂ ਖਾਲੀ। ਪਿਆਜ਼ ਕੱਟ ਕੇ ਨਾ ਉਹ ਲਿਆਂਦਾ ਇੱਧਰ, ਮਿਕਸੀ ਠੀਕ ਕਰਾ ਲਿਆਂਦੀ, ਗਰਾਇੰਡ ਕਰਦੇ ਇਹਨੂੰ, ਪਿਆਜ਼ ਅਤੇ ਟਮਾਟਰ ਨੂੰ ਇਕੱਠੇ ਦੋਨਾਂ ਨੂੰ। ਮੈਂ ਖਾਲੀ ਕਰਕੇ ਭੁੰਨਦੀ ਹਾਂ, ਅਸੀਂ ਆਪਾਂ ਹਿਲਾ ਦਿੰਦੇ ਹਾਂ ਹੈ ਨਾ ਉੱਪਰੋਂ, ਮੇਰੀ ਮੰਮੀ ਨਹੀਂ ਲਾਉਣ ਦਿੰਦੇ, ਠੀਕ ਹੈ, ਕਿਉਂ ਤਾਂ ਲਾਉਣਾ ਕਹਿੰਦੇ ਹਨ, ਜੇ ਮਾੜਾ ਮੋਟਾ ਇਹਦੀ ਕੜੱਤਣ ਹੋਊ ਫਿਰ ਇਹਦਾ ਗੁਣ ਹੋਊਗਾ। ਖਾਸੀ ਚੱਕ ਲਈ ਗੁਰਲੀਨ, ਬੰਦੀ ਕਰਦੇ, ਮਾਹੌਲ ਗਰਮ ਹੋ ਗਿਆ। ਆਪਣੇ ਮਿਸਤਰੀ ਆ ਗਏ, ਅਸੀਂ ਪੀਤੀ ਹੋਰ ਚਾਹੀ, ਚਾਹ ਚੱਲਦੇ ਯਾਰ ਚੱਲ।
ਮਿੰਟਾਂ ਛੇੜਦਾ ਨਾ ਟਿੱਕਦਾ ਤੂੰ ਦੋ ਬੈਠੀਆਂ ਨੇ ਮੜਾ ਬੁਰਸ਼ ਅੱਗੇ ਵੱਜ ਬੁਰਸ਼ ਬੁਰਸ਼ ਪਹਿਲਾਂ ਚੱਲ ਗਏ ਪਾਣੀ ਵਾਲਾ ਸੀ ਟਮਾਟਰ ਪਿਆਜ਼ ਹੋ ਗਈ ਪੈਸੇ ਕਮਾ ਕੇ ਲਿਆ ਮੈਂ ਲਾਦਾ ਫਿਰ ਆਟਾ ਗੁੰਨ ਕੇ ਰੋਟੀਆਂ ਹਾਂ ਮੈਂ ਰੋਟੀ ਪਕਾ ਦੂੰ ਮੈਂ ਤਾਂ ਇੱਥੇ ਕਰੇਲੇ ਬਣਾਉਂਦੀ ਨਹੀਂ ਰਹੋ ਜੀ ਮੈਂ ਕਿਹਾ ਸੀ ਨਾ ਕੜਾਹੀ ਵੱਡੀ ਲੈ ਲਓ ਤੂੰ ਬਹੁਤ ਹੈ ਲੈ ਨਾਲ ਹੁੰਦੀ ਜੱਗ ਜੁਗ ਪਰ ਤੂੰ ਕਿੱਥੇ ਤਰਦੇ ਫਰਸ ਮੈਂ ਅੱਗੇ ਪੈਰੀ ਬੈਠੇ ਇੱਥੇ ਤਾਂ ਪਿਆ ਪਿਆ ਹੈ ਇੰਨੀ ਜ਼ਿਆਦਾ ਅੱਗ ਪਈ ਅੱਜ ਤਾਂ ਬਾਹਲੀ ਧੁੱਪ ਇੱਥੇ ਤਾਂ ਸਾਡੇ ਸੁਨੇਹੀ ਧੁੱਪ ਆ ਜਾਂਦੀ ਹੈ 9 ਵਜੇ ਦੇ ਨਾਲ ਫਿਰ ਸਾਰਾ ਦਿਨ ਤੋਂ ਧੁੱਪ ਰਹਿੰਦੀ ਹੈ ਪਾਣੀ ਨਾ ਪਾਈ ਪੈ ਨਹੀਂ ਪਾਇਆ ਮਿਸਤਰੀ ਆਇਆ ਕਰਨਗੇ ਘਰ ਢਾਉਣ ਵਾਲੇ ਵੀ ਚਲੇ ਗਏ ਪੇਂਟ ਪੂੰਟ ਹੋ ਗਿਆ ਮਿਸਤਰੀ ਪਹਿਲਾਂ 2 ਮਿਸਤਰੀ ਹੋਇਆ ਕਰਨਗੇ 4 ਲੇਬਰ ਵਾਲੇ ਤਾਂ ਵੀ 6 ਜਾਣੇ ਹੋਇਆ ਕਰਨੇ ਚਾਹ ਹੋਇਆ ਕਰੂ ਉਹਨਾਂ ਦੀ 4 ਟਾਈਮ ਕਰਨ 3 ਟਾਈਮ ਲਓ ਜੀ ਆਪਾਂ ਨੂੰ ਕਬੇੜਾ ਹੋਊਗਾ ਜੇ ਆਪਾਂ ਕਰੇਲਿਆਂ ਦਾ ਦੂਜੀ ਰੋਟ ਬਣਾ ਲੈਂਦੇ ਹਾਂ ਹੁਣ ਜੇ ਅਸੀਂ ਪਤਾ ਕਿਵੇਂ ਬਣਾਉਂਦੇ ਹਾਂ ਵੀ ਮਸਾਲਾ ਭਰ ਕੇ ਉਦੋਂ ਬਾਅਦ ਜੇ ਉਹ ਠੰਡਾ ਹੋ ਜਾਂਦਾ ਤਾਂ ਕਰੇਲਿਆਂ ਦੇ ਵਿੱਚ ਫਿਰ ਭਰ ਕੇ ਉਦੋਂ ਬਾਅਦ ਕਰੇਲਿਆਂ ਨੂੰ ਜੇ ਵੱਡੇ ਨੇ ਤਾਂ ਤਾਗੇ ਨਾ ਬੰਨ ਕੇ ਇਹਦੇ ਤੇਲ ਦੇ ਵਿੱਚ ਰਾੜ ਦਿਆ ਪਰ ਆਪਾਂ ਅੱਜ ਕਰੇਲੇ ਇਕੱਲੇ ਭੁੰਨ ਲਾਂਗੇ ਹੁਣ ਜੇ ਅਸੀਂ ਮਸਾਲਾ ਭਰ ਕੇ ਭੁੰਨਦੇ ਹਾਂ ਕਿਉਂਕਿ ਹਨੇਰਾ ਬਹੁਤ ਹੋ ਜੂਗਾ ਬਹੁਤ ਟਾਈਮ ਲੱਗੂਗਾ ਕਰੇਲੇ ਇਕੱਲੇ ਭੁੰਨ ਕੇ ਬਾਅਦ 'ਚ ਮਸਾਲਾ ਭਰ ਦਾਂਗੇ ਥੋੜ੍ਹਾ ਮੋਟਾ ਸੇਕ ਲਵਾ ਦਾਂਗੇ ਛੇਤੀ ਕੰਮ ਨਿਬੜ ਜੂ ਜੇ ਛੇਤੀ ਬਣਾਉਣਾ ਤਾਂ ਇਹ ਬਣਾ ਲਓ ਜੇ ਸਵਾਦ ਬਣਾਉਣਾ ਤਾਂ ਪ੍ਰੋਪਰ ਰੈਸਪੀ ਬਣਾਉਣੀ ਹੈ ਤਾਂ ਉਹ ਦੂਜੀ ਰੈਸਪੀ ਤੁਸੀਂ ਦੇਖ ਲਿਓ ਸਵਾਦ ਖਾਣੀ ਹੈ ਜਾਂ ਛੇਤੀ ਵਾਲੀ ਖਾਣੀ ਹੈ ਉਹਦਾ ਸਵਾਦ ਇਹ ਵੀ ਲੱਗਦੇ ਨੇ ਪਰ ਉਹ ਜ਼ਿਆਦਾ ਸਵਾਦ ਲੱਗਦੇ ਲੈ ਗਏ ਨੇ ਕਰੇਲੇ ਮਨਵੀਰ ਉਹਦੇ ਟਾਈਮ ਵੀ ਵਾਹਲਾ ਲੱਗਦਾ ਜੀ ਕਿਉਂਕਿ ਐਂ ਵੀ ਆਪਣੀ ਸੋਚ ਹੁੰਦੀ ਮਸਾਲਾ ਨਾਲ ਨਿਕਲ ਜੇ ਹੈ ਨਾ ਧਿਆਨ ਨਾਲ ਭੁੰਨਣੇ ਪੈਂਦੇ ਨੇ ਹੁਣ ਇਹਨੂੰ ਆਪਾਂ ਕੱਲਿਆਂ ਨੂੰ ਭੁੰਨ ਲੈਂਦੇ ਹਾਂ ਪਹਿਲਾਂ
ਕਮਰਾ ਕਿੱਡਾ ਗਾ 11-18 ਦਾ ਮੈਂ ਕਹਿੰਦਾ ਕਮਰਾ ਹਟਵਾ ਦੇ ਡੇਢ ਫੁੱਟ ਸਾਰਾ ਕੁਝ ਮਗਰ ਆ ਜੂਗਾ। ਉਹ ਕਹਿੰਦੇ ਕਮਰੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ, ਉਹ ਤਾਂ ਇਹ ਕਹਿੰਦਾ ਵੀ ਇਹਦੇ ਨਾਲ ਸੰਬੰਧ ਆ ਉਹਦਾ, ਜਿਹੜਾ ਮੂਹਰੇ ਡਰਾਇੰਗ ਰੂਮ ਹੈ। ਗੱਲ ਵੀ ਉਹਦੀ ਸਹੀ ਹੈ, ਕਹਿੰਦੇ ਕਮਰੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ। ਕਮਰੇ ਕਿਉਂਕਿ ਪਿੱਛੋਂ ਤਾਂ ਪਿੱਛੇ ਆਇਆ ਹੋ ਜਾਊਗਾ, ਪਿੱਛੋਂ ਕੀ ਕਰੋਗੇ? ਨਹੀਂ ਉਹ ਕਿਹੜੀ ਕਮਰੇ ਤੋਂ 10 ਫੁੱਟ ਸੋਈ ਵੱਧਦੀ ਆ ਆਟੋਮੈਟਿਕ। ਉਹ ਜਿਹੜਾ ਮੂਹਰੇ ਉਹ ਨਹੀਂ ਡਰਾਇੰਗ ਰੂਮ ਨਹੀਂ ਹੈਗਾ, ਉਹ ਮਾਰ ਕੇ ਨਕਸ਼ਾ ਦੇਖੋ ਕੱਲ੍ਹ ਨੂੰ ਕਲੀ ਪਾਉਣੀ ਆ। ਹੁਣ ਮਾਸਟਰ ਜੀ ਕਹਿੰਦੇ ਉੱਧਰ ਨਾ ਥਾਂ ਘੱਟ ਰਹੀ ਹੈ, ਟਰਾਲੀ ਮੋੜਨੀ ਆ ਹੁਣ ਛੋਟਾ ਕਰਾਉਣ ਦੀ ਹੋਈ ਪਈ। ਮੈਂ ਤਾਂ ਉਹਨੂੰ ਪਹਿਲਾਂ ਕਿਹਾ ਸੀ ਵੀ ਇਹੋ ਫੁੱਟ ਕੰਮ ਮੂਹਰੋਂ 11-16 ਦੇ ਕਮਰੇ ਕੋਈ ਛੋਟੇ ਨਹੀਂ ਹੁੰਦੇ। 12 ਦਾ ਕਮਰਾ ਰੱਖਿਆ ਇਹ, ਅੰਦਰੋਂ 11 ਦਾ ਕਿ ਛੋਟਾ ਹੈਗਾ। ਐਡੇ ਕਮਰਿਆਂ ਤੋਂ ਕੀ ਕਰਾਉਣਾ? ਲਓ ਜੀ ਆਪਣੇ ਕਰੇਲੇ ਭੁੰਨੇ ਗਏ, ਆਪਾਂ ਨਾਲ ਹੁੰਦੇ ਮਸਾਲਾ ਭਰ ਦਿੰਦੇ ਹਾਂ। ਅਸੀਂ ਰੋਟੀ ਪਕਾਉਂਦੀ ਆ, ਪਤਾ ਨਹੀਂ ਕਿਉਂ ਵੀਡੀਓ ਵਿੱਚ ਇੰਨੇ ਰੜੇ ਮੜੇ ਜਿਹੇ ਲੱਗਦੇ ਨੇ, ਇੰਨੇ ਰੜੇ ਮੜੇ ਨਹੀਂ ਹੈਗੇ, ਹਨੇਰਾ ਹੋ ਗਿਆ, ਲਾਈਟ ਸਹੀ ਨਹੀਂ ਰਹਿੰਦੀ, ਵੀਡੀਓ 'ਚ ਕਾਲੀ ਕਾਲੀ ਲੱਗੀ। ਕੀ ਕੰਮ ਆ ਭਰਾਵਾ? ਹੈਂ ਬਰਥਡੇ ਪਤਾ ਨਹੀਂ ਕਿੱਦਾਂ ਕਹਿੰਦੀ ਮਨਾਓ, ਦੇਖ ਲਿਓ ਕਿੱਦੇ ਨੂੰ ਠੀਕ ਲੱਗੂਗਾ, ਉਹਦੇ ਸੈਲੀਬ੍ਰੇਟ ਕਰ ਲਓ, ਦੇ ਦੂ ਪਾਰਟੀ ਤੁਹਾਨੂੰ। ਕਹਿ ਗਏ ਕੁੜੀਆਂ ਤੁਸੀਂ? ਆਪਣੇ ਕਰੇਲਿਆਂ ਦਾ ਮਸਾਲਾ ਭਰੂਗੀ, ਚਪੜਾ ਮਸਾਲਾ ਤਿਆਰ ਹੈ, ਚਮਚੇ ਨਾਲ ਭਰ ਦੇ ਲਓ, ਫਿੱਲ ਕਰ ਦੇ ਮਾੜਾ। ਕਰੇਲੇ ਜਿੰਨੇ ਸਵਾਦ ਲੱਗਦੇ ਉਨੇ ਬਣਾਉਣੇ ਔਖੇ ਨੇ, ਬਹੁਤ ਟਾਈਮ ਲੱਗਦਾ, ਤੇਲ ਬੜਾ ਲੱਗਦਾ। ਮਨਵੀਰ ਪਾਰਟੀ ਰੱਖੋ, ਦਸ ਨੂੰ ਨੀ ਹੋਣੀ, ਦਸ ਨੂੰ ਆਪਣੇ ਨਿਉਂ ਧਰਨਗੇ ਜਾਂ ਫਿਰ ਨਿਆਉ ਸਰੇਹਾਂ ਧਰ ਦਾਂਗੇ ਤੁਸੀਂ ਉਦੋਂ ਬਾਅਦ ਲੱਗ ਜਾ ਪਾਰਟੀ ਕਰਨ। ਮੈਂ ਤਾਂ 11 ਵਜੇ ਜਾਊਂਗੀ। ਹਾਂ ਦੱਸ ਫਿਰ ਤਾਂ ਰੱਖ ਲਓ, ਕਿੱਥੇ ਰੱਖਣੀ ਆ ਪਾਰਟੀ? ਸੈਂਡਲ ਸਭ ਤੋਂ ਵਧੀਆ ਲੱਗਦਾ ਹੈ, ਸੈਂਡਲ ਉਦੋਂ ਅੱਧੇ ਭੇਜਿਆ ਆਇਆ ਸੀ। ਹਾਂ ਘਰ ਆਉਂਦਾ ਜੀ, ਘਰ ਆਉਂਦਾ ਗਾ ਨਾ, ਹਾਂ ਹੁਣ ਘਰ ਆਉਂਦਾ, ਬਟ ਮੈਂ ਲੈ ਕੇ ਆਈ, ਮੈਂ ਉਹਨਾਂ ਨੂੰ ਫੋਨ ਕਰਤਾ ਸੀ ਮੰਮੀ ਡੈਡੀ। ਮਨਵੀਰ ਦਾ ਮਾਮਾ ਸੈਲੀਬ੍ਰੇਟ ਕਰੂਗਾ, ਮਨਵੀਰ ਇੱਕ ਆਪਦੀ ਪ੍ਰਭੂ ਫਿਰ ਇਹਨਾਂ ਸਾਰਿਆਂ ਦਾ ਪਾਰਟੀ ਐਡ ਕਰੂ, ਇੱਕ ਵਾਰੀ ਇਹਨੂੰ ਭਰ ਕੇ ਨਾ ਦੁਬਾਰਾ ਫਿਰ ਕੜਾਹੀ ਚ ਸੇਕ ਲਗਾ ਦਾਂਗੇ, ਫਿਰ ਵਧੀਆ ਸਵਾਦ ਜਿਹਾ ਲੱਗਣਾ। ਤੇਰਾ ਕਿੰਨਾ ਹੋ ਗਿਆ? ਮੈਂ ਆ ਗਈ।
ਸਾਡੇ ਤੇ ਰਹਿ ਕਾਹਤੋਂ ਕਰੂਗੀ ਆਈ ਇਹਦੇ ਮੰਮੀ ਹਨਾ ਕਹਿੰਦੀ ਪ੍ਰਭ ਤੂੰ ਪੁੱਛ ਨਹੀਂ ਪਾਈ ਉਹ ਨਹੀਂ ਆਈ ਮੈਨੂੰ ਕਹਿੰਦੇ ਨਾ ਕੀ ਦੀ ਮੇਰਾ ਬਰਥਡੇ ਤੂੰ ਸਦ ਜੀ ਨੂੰ ਸੱਦਣਾ ਅੱਛਾ ਸੀ ਨਹੀਂ ਆਉਂਦਾ ਹੈਗਾ ਕੀ ਕਹਿਣਾ ਸਿੱਖ ਫਿਰ ਤੂੰ ਕਹਿੰਦੀ ਮੈਨੂੰ ਆਪਣੇ ਬਰਥਡੇ ਨੂੰ ਨਹੀਂ ਕਹਿਣਾ ਹੁੰਦਾ ਤੂੰ ਕਹਿ ਵੀ ਮੇਰਾ ਬਰਥਡੇ ਆ ਮਾਸਾ ਉਹਨੂੰ ਭੇਜਿਓ ਸਿੰਮੂ ਨੂੰ ਅਸੀਂ ਪਾਰਟੀ ਕਰਨੀ ਅਮਨ ਤੇ ਗੁਰਲੀਨ ਨੂੰ ਵੀ ਲੈ ਗਈ ਬੋਲ ਕਿੱਥੇ ਬਣਾਇਆ ਮੈਂ ਗੈਸ ਤੇਜ ਵਾਲਾ ਚੱਲਦਾ ਮੈਂ ਫੁੱਲ ਕਰਤਾ ਮੈਂ ਛੇਤੀ ਖੜਾ ਸੀ ਬੁਝੂ ਕੜਾਹੀ ਮੱਚ ਗਈ ਹੁਣ ਕੱਲ੍ਹ ਨੂੰ ਕੜਾਹੀ ਮਾਂਜਣ ਤੇ ਟਾਈਮ ਲੱਗ ਜੂਗਾ ਗਰਮ ਨੀ ਲਓ ਜੀ ਭਰੇ ਹੋਏ ਨੂੰ ਮਾੜਾ ਜਿਹਾ ਆਪਣਾ ਤੇਲ ਦਾ ਸੇਕ ਜਿਹਾ ਲਵਾ ਲਈਏ ਵਧੀਆ ਲੱਗਦੀ ਆ ਦੋ ਕਰਨ ਵਾਲੇ ਚਾਰ ਵਾਰੀ ਜਿਹੜਾ ਹੀ ਲੱਗੀ ਮੇਰੀ ਬਸ ਚਾਰ ਕਰੇਲੇ ਲੱਗੇ ਲਓ ਜੀ ਕਰੇਲੇ ਆਪਣੇ ਬੜ ਗਏ ਨੇ ਕੜਾਹੀ ਵੀ ਆਪਣੀ ਮੱਚ ਗਈ ਹੈ ਠੀਕ ਹੈ ਰੰਗ ਵੀਡੀਓ ਜਿਹੇ ਕਾਲੇ ਕਾਲੇ ਜਿਹੇ ਲੱਗ ਰਹੇ ਨੇ ਕਾਲੇ ਨਹੀਂ ਹੈਗੇ ਮੈਂ ਖਾ ਲਈ ਰੋਟੀ ਜਿਹੜਾ ਵੀ ਇਹ ਵੀ ਚੱਲਦਾ